ਦੇਖੋ ਅੱਜ ਪਹਿਲਾਂ ਸਵੇਰ ਤੋਂ ਤੇ ਸਾਰਾ ਦਿਨ ਮੇਰੇ ਨਾਲ ਸ਼੍ਰੀ ਰਾਜ ਕੁਮਾਰ ਗੁਪਤਾ ਜੀ ਸੁਜਾਨਪੁਰ ਦੇ ਹਲਕਾ ਇੰਚਾਰਜ ਵੀ ਹੈ। ਅੱਜ ਸਵੇਰ ਤੋਂ ਸੁਜਾਨਪੁਰ ਹਲਕੇ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਅਸੀਂ ਪਰਿਵਾਰਕ ਮਿਲਦੀਆਂ ਵੀ ਕੀਤੀਆਂ, ਚਰਚੇ ਵੀ। ਮੈਂ ਗੁਪਤਾ ਜੀ ਦਾ ਧੰਨਵਾਦ ਕਰਦਾ ਕਿ ਬਹੁਤ ਹੀ ਚੜ੍ਹਦੀ ਕਲਾ ਵਾਲਾ ਮਾਹੌਲ ਜਿਹੜਾ ਸਾਰੇ ਥਾਵਾਂ ਦੇ ਉੱਤੇ ਹੀ ਜਿਹੜਾ ਉਹ ਦੇਖਣ। ਇਸ ਤੋਂ ਪਹਿਲਾਂ ਮੈਂ ਆਪਣੇ ਪੁਰਾਣੇ ਟਕਸਾਲੀ ਪਰਿਵਾਰਾਂ ਨੂੰ ਮਿਲਣ ਵਾਸਤੇ ਪਠਾਨਕੋਟ ਵੀ ਸਾਰਾ ਦਿਨ ਲਾਇਆ ਸੀ। ਕੱਲ ਭੋਆ ਦੇ ਵਿੱਚ ਵੀ ਦੂਜੀਆਂ ਪਾਰਟੀਆਂ ਛੱਡ ਕੇ ਤੇ ਮੌਜੂਦਾ ਸਰਪੰਚ ਚਾਰ ਚਾਰ ਵਾਰੀ ਰਹੇ, ਸਾਬਕਾ ਸਰਪੰਚ ਹੋਰ ਸਾਬਕਾ ਸਰਪੰਚ ਪੰਚਾਇਤਾਂ ਦੇ ਮੈਂਬਰ ਉੱਥੇ ਵੀ ਕੱਲ ਸ਼ਾਮਲ ਹੋਏ। ਇਸ ਕਰਕੇ ਸਾਰੇ ਤਿੰਨਾਂ ਹਲਕਿਆਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਬਹੁਤ ਵਧੀਆ ਰਿਸਪੋਂਸ ਹੈ। ਇਹਦੇ ਵਾਸਤੇ ਮੈਂ ਸਾਰੇ ਪਠਾਨਕੋਟ ਜ਼ਿਲ੍ਹੇ ਦੇ ਜਿੰਨੇ ਵੀ ਸਾਡੇ ਨਿਵਾਸੀ ਨੇ ਉਹਨਾਂ ਦਾ ਧੰਨਵਾਦ ਕਰਦਾ। ਸਰ, ਲੱਗਦਾ ਕਿ ਉਹਦਾ ਕਿਤੇ ਨੁਕਸਾਨ ਹੋਏਗਾ? ਦੇਖੋ, ਗੱਲ ਇਹ ਹੈ ਕਿ ਵੱਖਰੀਆਂ ਵੱਖਰੀਆਂ ਪਾਰਟੀਆਂ ਔਰ ਕੁਛ ਮੁੱਦਿਆਂ ਨੂੰ ਲੈ ਕੇ ਕਾਮਨ ਮਿਨੀਮਮ ਪ੍ਰੋਗਰਾਮ ਦੇ ਤਹਿਤ ਇਕੱਠੀਆਂ ਹੋਈਆਂ। ਜਦੋਂ ਤਾਂ ਪਾਰਟੀਆਂ ਇੱਕ ਦੂਜੇ ਦੀ ਗੱਲ 'ਤੇ ਸਹਿਮਤ ਹੁੰਦੀਆਂ, ਮੁੱਦਿਆਂ 'ਤੇ ਜਿਹੜੀਆਂ ਕੰਮ ਕਰਦੀਆਂ ਇਕੱਠੇ, ਉਦੋਂ ਤੱਕ ਸਮਝੌਤੇ ਚੱਲਦੇ ਆ। ਜੇ ਕੋਈ ਇੱਕ ਪਾਰਟੀ ਨਾ ਐਗਰੀ ਕਰੇ ਫਿਰ ਸਮਝੌਤਾ ਟੁੱਟ ਜਾਂਦਾ। ਪਰ ਇਹ ਰਾਜਨੀਤਿਕ ਸਮਝੌਤੇ ਹੁੰਦੇ ਆ, ਇਹਦਾ ਮਤਲਬ ਇਹ ਨਹੀਂ ਕਿ ਕੋਈ ਭਾਈਚਾਰਕ ਸਾਂਝ ਦੇ ਵਿੱਚ ਫਰਕ ਪੈਂਦਾ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਇੱਥੇ ਸਾਨੂੰ ਗੁਰੂ ਸਾਹਿਬਾਨ ਨੇ ਮਾਨਸ ਕੀ ਜਾਤ ਸਭੇ ਕੇ ਪਹਿਚਾਨਵੋ ਦਾ ਸੰਦੇਸ਼ ਦਿੱਤਾ ਹੋਇਆ। ਸਭੇ ਸਾਂਝੀ ਪਾਲ ਸਦਾਇਨ ਦਾ ਉਪਦੇਸ਼ ਜਿਹੜਾ ਸਾਨੂੰ ਗੁਰਬਾਣੀ ਦਿੰਦੀ ਹੈ। ਇਸ ਕਰਕੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਵਿਚਰਦੇ, ਕੋਈ ਕਿਸੇ ਪਾਰਟੀ 'ਚ ਹੋਵੇ, ਕਿਸੇ ਪਾਰਟੀ 'ਚ ਹੋਵੇ, ਸਾਡੀ ਭਾਈਚਾਰਕ ਸਾਂਝ ਪੰਜਾਬ ਦੀ ਬਹੁਤ ਵੱਡੀ ਮਜ਼ਬੂਤ ਹੈ। ਇਸ ਕਰਕੇ ਰਾਜਨੀਤਿਕ ਸਮਝੌਤਿਆਂ ਦਾ ਕੋਈ ਫਰਕ ਨਹੀਂ ਪੈਂਦਾ। ਜੇ ਮੁੱਦਿਆਂ ਦੇ ਉੱਤੇ ਸਹਿਮਤੀ ਹੈ ਤਾਂ ਇਕੱਠੇ ਚੱਲੋ, ਨਹੀਂ ਸਹਿਮਤੀ ਹੈ ਤਾਂ ਵੱਖਰੇ ਵੱਖਰੇ ਚੱਲੋ। ਸਰ, ਬੀਜੇਪੀ ਕੈਂਡੀਡੇਟ ਦਾ ਪਿੰਡਾਂ ਦੇ, ਦੇਖੋ ਗੱਲ ਇਹ ਹੈ ਕਿ ਜਿਹੋ ਜਿਹੀ ਕਰਨੀ ਹੈ ਉਹ ਜਿਹੀ ਭਰਨੀ ਹੈ। ਅਸੀਂ ਸਮਝੌਤਾ ਕਿਉਂ ਦੂਜਾ ਉਦੋਂ ਤੋੜਿਆ ਸੀ? ਇਸੇ ਕਰਕੇ ਤੋੜਿਆ ਸੀ ਕਿ ਕਿਸਾਨੀ ਜਿਹੜੇ ਐਡਾ ਵੱਡਾ ਸੰਘਰਸ਼ ਹੈ, ਕਿਸਾਨ ਅਤੇ ਖੇਤ ਮਜ਼ਦੂਰ, ਇਹਨੂੰ ਸੈਟਿਸਫਾਈ ਕਰਨਾ ਜ਼ਰੂਰੀ ਹੈ। ਜੇ ਕਿਸਾਨ ਨਹੀਂ ਚਾਹੁੰਦਾ ਕਿ ਇਹ ਬਿੱਲ ਪਾਸ ਹੋਣ, ਤਾਂ ਤੁਹਾਨੂੰ ਇਹ ਬਿੱਲ ਵਾਪਸ ਲੈਣੇ ਚਾਹੀਦੇ। ਜਿਹਦੇ ਵਾਸਤੇ ਤੁਸੀਂ ਕਾਨੂੰਨ ਬਣਾਉਣਾ, ਜਿਹੜਾ ਤੁਸੀਂ ਕਹਿੰਦੇ ਹੋ ਉਹਦਾ ਭਲਾ, ਜੇ ਉਹ ਬੰਦਾ ਕਹਿੰਦਾ ਕਿ ਮੇਰੇ ਭਲਾ ਨਾ ਕਰੋ, ਤੁਸੀਂ ਜਾਣਦੇ ਹੋ, ਤੁਸੀਂ ਕਿਉਂ ਜਿੱਦ ਕਰਦੇ ਹੋ? ਹੁਣ ਫਿਰ ਕਿਸਾਨ ਅੰਦੋਲਨ ਜਿਹੜਾ ਹੋਇਆ, ਫਿਰ ਉੱਤੇ ਦਿੱਲੀ ਜਾਣ ਤੋਂ ਰੋਕਣ ਵਾਸਤੇ ਕਿਸ ਤਰ੍ਹਾਂ ਦੇ ਬੈਰੀਕੇਡ ਲਾਏ ਗਏ, ਕੰਡਿਆਲੀਆਂ ਤਾਰਾਂ ਲਾਈਆਂ ਗਈਆਂ, ਇਹ ਚੀਜ਼ਾਂ ਗਲਤ ਇੰਪ੍ਰੈਸ਼ਨ ਦਿੰਦੀ। ਡੈਮੋਕ੍ਰੇਟਿਕ ਕੰਟਰੀ ਆ, ਪੀਸਫੁਲ ਪ੍ਰੋਟੈਸਟ ਹਰ ਇੱਕ ਦਾ ਰਾਈਟ ਹੈ। ਤੁਸੀਂ ਗੋਲੀਆਂ ਮਾਰਦੇ ਹੋ, ਉਹਨਾਂ 'ਤੇ ਲਾਠੀਚਾਰਜ ਕਰਦੇ ਹੋ, ਪਾਣੀ ਦੀਆਂ ਪਿਛਾੜਾਂ ਮਾਰਦੇ ਹੋ, ਅਤੇ ਜੇ ਤੁਸੀਂ ਇਸ ਤਰ੍ਹਾਂ ਦਾ ਵਤੀਰਾ ਜਿਹੜਾ ਹੈਗਾ ਉਹ ਤੁਹਾਡੀਆਂ ਸਰਕਾਰਾਂ, ਭਾਵੇਂ ਉਹ 'ਚ ਪੰਜਾਬ ਦੀ ਸਰਕਾਰ ਵੀ ਪੂਰੀ ਦੋਸ਼ੀ ਹੈ, ਹਰਿਆਣੇ ਦੀ ਸਰਕਾਰ ਵੀ ਦੋਸ਼ੀ ਹੈ, ਕੇਂਦਰ ਵੀ ਦੋਸ਼ੀ ਹੈ। ਪਰ ਜੇ ਤੁਸੀਂ ਇੱਦਾਂ ਕਰੋਗੇ ਫਿਰ ਜਦੋਂ ਲੋਕਾਂ 'ਚ ਜਾਓਗੇ ਫਿਰ ਤੁਹਾਨੂੰ ਰੋਸ ਦਾ ਸਾਹਮਣਾ ਕਰਨਾ ਪਏਗਾ। ਸਰ, ਲਾਸਟ ਸਵਾਲ ਜੀ, ਇੱਕ ਤਾਂ ਇਹ ਹੈ ਕਿ ਹੁਣ ਉਹ 'ਚ ਆਮ ਆਦਮੀ ਕੋਲ ਰਹਿ ਨਹੀਂ ਗਿਆ। ਜਦੋਂ ਹਜ਼ਾਰ ਹਜ਼ਾਰ ਕਰੋੜ ਦੀ ਕਰਪਸ਼ਨ ਕਰ ਲਈ, ਫਿਰ ਖਾਸ ਆਦਮੀ ਬਣ ਗਏ, ਤਿਹਾੜ ਜੇਲ੍ਹ 'ਚ ਬੈਠੇ। ਇਹ ਜਿੰਨੇ ਕੱਟੜ ਇਮਾਨਦਾਰ ਸੀ, ਅੱਜ ਇਹਨਾਂ ਦਾ ਇੱਕੋ ਹੀ ਐਡਰੈਸ ਹੈ, ਤਿਹਾੜ ਜੇਲ੍ਹ ਦਿੱਲੀ। ਚਾਹੇ ਉਹ ਅਰਵਿੰਦ ਕੇਜਰੀਵਾਲ ਹੈ, ਚਾਹੇ ਜਤਿੰਦਰ ਜੈਨ ਹੈ, ਚਾਹੇ ਮਨੀਸ਼ ਸਿਸੋਦੀਆ, ਜਾਂ ਮਿਸਟਰ ਨਈਅਰ ਹੈ, ਜਾਂ ਇਹਨਾਂ ਦੇ ਹੋਰ ਜਿੰਨੇ ਕੱਟੜ ਇਮਾਨਦਾਰ ਸਾਥੀ ਸੀਗੇ, ਤੇ ਜਦੋਂ
ਕੱਟੜ ਇਮਾਨਦਾਰ ਜੇਲ੍ਹ 'ਚ ਚਲੇ ਗਏ ਭ੍ਰਿਸ਼ਟਾਚਾਰ ਕਰਕੇ। ਹੁਣ ਆਮ ਆਦਮੀ ਇੱਥੇ ਨਾਲ ਖੜ੍ਹਨ 'ਚ ਵੀ ਸ਼ਰਮ ਮਹਿਸੂਸ ਕਰਦਾ। ਜਿਹੜੇ ਭੋਲੇ ਭਾਲੇ ਲੋਕ, ਜਿਹੜੇ ਚੰਗੇ ਲੋਕ, ਪੜ੍ਹੇ ਲਿਖੇ ਲੋਕ, ਅਫਸਰ ਲੋਕ, ਵੱਡੇ ਵੱਡੇ ਅਹੁਦੇ 'ਤੇ ਰਹਿੰਦੇ ਲੋਕ, ਜਿਹਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਸੀ ਕਿ ਅਸੀਂ ਸਾਫ ਸੁਥਰਾ ਇੱਕ ਬਦਲਾਅ ਦੇਸ਼ ਦੇ ਵਿੱਚ ਲਿਆਵਾਂਗੇ, ਉਹ ਤਾਂ ਹੁਣ ਵਿਚਾਰੇ ਇਸ ਤਰ੍ਹਾਂ ਮਹਿਸੂਸ ਕਰਦੇ ਆ ਤੇ ਆਪਣੇ ਆਪਣਾ ਕੋਈ ਨਾਂ ਨਹੀਂ ਜੋੜਨਾ ਚਾਹੁੰਦਾ ਇਸ ਪਾਰਟੀ ਦੇ ਨਾਲ। ਇਸ ਕਰਕੇ ਜਦੋਂ ਕੋਈ ਹੁਣ ਖੜਨ ਦੇ ਤਿਆਰ ਨੇ, ਇੰਨੀ ਤੁਹਾਡੀ ਬਦਨਾਮੀ ਹੋ ਗਈ, ਕਰਪਸ਼ਨ ਦੀ ਦਲਦਲ 'ਚ ਤੁਸੀਂ ਫਸ ਗਏ, ਝੂਠੇ ਤੁਹਾਡੇ ਸਾਰੇ ਵਾਅਦੇ ਨਿਕਲੇ, 70,000 ਕਰੋੜ ਦਾ ਪੰਜਾਬ ਦੇ ਸਿਰ ਕਰਜ਼ਾ ਹੋਰ ਤੁਸੀਂ ਚੜਾਤਾ। ਇਸ ਵੇਲੇ ਪੰਜਾਬ 'ਚ ਲੁੱਟਾਂ, ਖੋਹਾਂ, ਡਾਕੇ, ਇਸ ਤੋਂ ਸਿਵਾਏ ਫਰੌਤੀਆਂ ਤੋਂ ਹੈ ਕੀ ਹੈ? ਸਾਰੀ ਡਿਵੈਲਪਮੈਂਟ ਬੰਦ ਕਰ ਦਿੱਤੀ। ਤੇ ਹੁਣ ਕੋਈ ਵੀ ਬੰਦਾ ਆਪਣੇ ਆਪ ਨੂੰ, ਆਪਣਾ ਨਾਮ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਜੋੜਨਾ ਨਹੀਂ ਚਾਹੁੰਦਾ। ਇਸ ਕਰਕੇ ਜਿਹੜੇ ਪੁਰਾਣੇ ਫਸੇ ਆ ਉਹਨਾਂ ਨੂੰ ਹੁਣ ਫਿਰ ਖੜੇ ਕਰਦੇ ਪਏ, ਜਾਓ ਹੁਣ ਤੁਸੀਂ ਲੋਕਾਂ ਦੇ ਵਿੱਚ ਜਾ ਕੇ। ਜੀਵਨ ਸਾਹਿਬ, 5 ਸਾਲ ਲੋਕਾਂ ਦੀ ਆਵਾਮ ਦੀ ਆਵਾਜ਼ ਹਲਕੇ ਦੀ ਜਿਹੜੀ ਆ ਪਾਰਲੀਮੈਂਟ 'ਚ ਨਹੀਂ ਗੂੰਜ ਸਕੀ, ਕੀ ਜੇ ਲੋਕ ਫਤਵਾ ਦਿੰਦੇ ਨੇ ਤਾਂ ਕੀ ਵਿਸ਼ਵਾਸ ਦਵਾਉਂਦੇ ਪਠਾਨਕੋਟ? ਦੇਖੋ, ਗੱਲ ਇਹ ਹੈ ਕਿ ਬੜੀ ਤ੍ਰਾਸਦੀ ਹੈ ਜਿਹੜੀ ਗੁਰਦਾਸਪੁਰ ਲੋਕ ਸਭਾ ਹਲਕੇ ਦੀ, ਕਿ ਪਿਛਲੇ ਤਕਰੀਬਨ 15-20 ਸਾਲ ਇੱਥੇ ਫਿਲਮ ਸਟਾਰ ਹੀ ਆਉਂਦੇ ਨੇ, ਔਰ ਥੋੜ੍ਹਾ ਬਹੁਤਾ ਕਸੂਰ ਸਾਡਾ ਵੀ ਹੈਗਾ, ਅਸੀਂ ਵੀ ਵੋਟਾਂ ਨਾਲ ਲੜ ਕੇ ਪਾਉਂਦੇ ਰਹੇ ਹਾਂ, ਪਰ ਇਲਾਕੇ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ, ਕਿਉਂਕਿ ਖਾਸ ਤੌਰ 'ਤੇ ਜਿਹੜਾ ਪਿਛਲਾ 5 ਸਾਲ ਲੰਘੇ ਆ ਉਹ ਫਿਲਮਾਂ 'ਚ ਤਾਂ ਬੰਦਾ ਨਜ਼ਰ ਆਇਆ, ਨਾ ਵੋਟਾਂ ਲੈਣ ਤੋਂ ਬਾਅਦ ਕਿਤੇ ਗੁਰਦਾਸਪੁਰ, ਪਠਾਨਕੋਟ ਨਜ਼ਰ ਆਇਆ, ਨਾ ਪਾਰਲੀਮੈਂਟ 'ਚ ਨਜ਼ਰ ਆਇਆ। ਔਰ ਮਸਲੇ ਸਾਡੇ ਇਲਾਕਿਆਂ ਦੇ, ਪਛੜੇ ਇਲਾਕੇ ਆ, ਸਰਹੱਦੀ ਜ਼ਿਲ੍ਹਾ, ਮਸਲੇ ਸਾਡੇ ਬਹੁਤ ਵੱਡੇ ਆ। ਇਸ ਕਰਕੇ ਸਾਡੀ ਆਵਾਜ਼ ਤਾਂ ਕੀ, ਸਾਡਾ ਬੰਦਾ ਤਾਂ ਫਿਜ਼ੀਕਲੀ ਵੀ ਪਾਰਲੀਮੈਂਟ ਦੇ ਵਿੱਚੋਂ ਗਾਇਬ ਰਿਹਾ, ਰਿਕਾਰਡ ਬੋਲਦਾ ਇਸ ਚੀਜ਼ ਦਾ। ਇਸ ਕਰਕੇ ਲੋਕੀ ਕਾਫੀ ਜਿਹੜੇ ਆ ਇਸ ਗੱਲ ਤੋਂ ਨਿਰਾਸ਼ ਹੈ ਕਿ ਜਿਹੜੇ ਅਸੀਂ ਇੱਦਾਂ ਦੇ ਲੋਕਾਂ ਨੂੰ ਵੋਟਾਂ ਪਾ ਦਿੰਦੇ ਹਾਂ, ਬਾਅਦ ਦੇ ਵਿੱਚ ਸਾਡੇ ਕੋਲ ਨਹੀਂ ਆਉਂਦੇ, ਤੇ ਉਹਦੇ ਨਾਲ ਇਕੱਲਾ ਇਹ ਨਹੀਂ ਕਿ ਉਹਨਾਂ ਦੇ ਆਉਣ ਦੇ ਨਾਲ ਜਿਹੜੀ ਕਮੀ ਮਹਿਸੂਸ ਹੁੰਦੀ ਹੈ, ਸਾਡੀ ਆਵਾਜ਼ ਜਿਹੜੀ ਜਾਣੀ ਹੁੰਦੀ ਹੈ, ਜਿਹੜੇ ਸਾਡੇ ਮਸਲੇ ਉੱਠੇ ਹੁੰਦੇ ਆ, ਜਿਹੜੇ ਪ੍ਰਸ਼ਾਸਨ ਦੇ ਨਾਲ ਉਹਨਾਂ ਨੇ ਇੱਥੇ ਮਸਲੇ ਟੇਕ ਅਪ ਕਰਨੇ ਹੁੰਦੇ ਆ, ਉਹ ਲੋਕਾਂ ਦਾ ਬਹੁਤ ਵੱਡਾ ਨੁਕਸਾਨ। ਜ਼ਿਲ੍ਹਾ ਪਠਾਨਕੋਟ ਦੇ ਲੋਕਾਂ ਦਾ ਕਿੱਦਾਂ ਦਾ ਤੁਹਾਨੂੰ ਸਮਰਥਨ ਮਿਲ ਰਿਹਾ? ਦੇਖੋ, ਬਹੁਤ ਅੱਛਾ, ਮੈਂ ਇਹੀ ਦੱਸ ਰਿਹਾ ਕਿ ਭੋਆ ਗਿਆ ਸਫ਼ਰ ਜਿਹੜਾ ਕੋਈ ਮੁਸ਼ਕਿਲ ਰਹਿਣ ਵਾਲਾ ਨਹੀਂ ਹੈ, ਕਿਉਂਕਿ ਪਹਿਲਾਂ ਅਸੀਂ ਇਕੱਠੇ ਲੜਦੇ ਸੀ ਤੇ ਜਿੰਨਾ ਵੀ ਅਕਾਲੀ ਦਲ ਦਾ ਵੋਟ ਸਾਰਾ ਬੀਜੇਪੀ ਨੂੰ ਜਾਂਦਾ ਸੀ, ਇਸ ਵਾਰ ਅਸੀਂ ਭਾਗਾਂ ਵਾਲੇ ਹਾਂ, ਕਿਸਮਤ ਵਾਲੇ ਹਾਂ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਸਾਨੂੰ ਇੱਕ ਸੱਚਾ ਸੁੱਚਾ ਚਿਹਰਾ ਡਾਕਟਰ ਦਲਜੀਤ ਸਿੰਘ ਜੀ ਚੀਮਾ ਜੋ ਸਾਡੇ ਵਿੱਚ ਭੇਜੇ ਨੇ, ਗੁਰਦਾਸਪੁਰ ਦੇ ਜੰਮਪਲ ਨੇ, ਗੁਰਦਾਸਪੁਰ ਦੇ ਹੀ ਰਹਿਣ ਵਾਲੇ ਨੇ ਔਰ ਪਾਰਟੀ ਦੇ ਸਿਰ ਕਦਮਾ ਲੀਡਰ ਨੇ ਔਰ ਪਾਰਟੀ 'ਚ ਬੜਾ ਨਾਂ ਹੈ, ਔਰ ਮੈਂ ਸਾਰੇ ਅਕਾਲੀ ਦਲ ਦਾ ਤਹਿ ਦਿਲੋਂ ਸ਼ੁਕਰ ਗੁਜ਼ਾਰ ਕਰਦਾ, ਸੱਚੇ ਪਾਤਸ਼ਾਹ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਕਰੇ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਜਿਤਾ ਕੇ ਦਿੱਲੀ ਭੇਜੀਏ ਤਾਂ ਕਿ ਉੱਥੇ ਜਾ ਕੇ ਪੰਜਾਬ ਦੇ, ਪੰਜਾਬੀਅਤ ਦੇ ਸਾਰੇ ਮਸਲੇ ਹੱਲ ਹੋਣ, ਕਿਸਾਨੀ ਦੇ ਮਸਲੇ ਹੱਲ ਹੋਣ। ਅੱਗੇ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਕਿਸਾਨੀ ਵਾਸਤੇ ਬਲੀਦਾਨ ਦਿੱਤਾ, ਸਰਦਾਰ ਹਰਸਿਮਰਤ ਕੌਰ ਬਾਦਲ ਜੀ ਨੇ ਅਸਤੀਫਾ ਦਿੱਤਾ ਕਿਸਾਨੀ ਵਾਸਤੇ, ਰਿਲਾਇੰਸ ਵੀ ਤਾਂ ਨਹੀਂ ਹੋਇਆ ਕਿ ਉਹ ਆਪਣੇ ਗੱਲ 'ਤੇ ਨਹੀਂ ਆਉਂਦੇ। ਇਸ ਕਰਕੇ ਬੀਜੇਪੀ ਨਾਲ ਸਾਡਾ ਕੋਈ ਨਾਤਾ ਨਹੀਂ, ਅਸੀਂ ਲੜਾਂਗੇ, ਇਕੱਲੇ ਲੜਾਂਗੇ, ਤਨ ਮਨ ਧਨ ਨਾਲ ਸਰਦਾਰ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਕਾਮਯਾਬ ਕਰਾਂਗੇ, ਜਿਤਾ ਕੇ ਭੇਜਾਂਗੇ, ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਬਣਾਵਾਂਗੇ, ਮਹਾਰਾਜ ਚੜ੍ਹਦੀ ਕਲਾ ਕਰੇ, ਪੱਛਮ ਅਸੀਂ ਲਾਵਾਂਗੇ ਔਰ ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਅੱਜ ਅਸੀਂ ਕਿਤੇ ਅਸੀਂ ਜੁਆਇੰਟ ਕਰਦੇ ਸੀ ਕਿਤੇ, ਅੱਜ ਸ਼੍ਰੋਮਣੀ ਅਕਾਲੀ ਦਲ ਅੱਜ ਇਕੱਲਾ ਲੜ ਰਿਹਾ,
ਔਰ ਬੜੀ ਵੱਡੀ ਜਿੱਤ ਨਾਲ ਜਿੱਤਾਂਗੇ। ਇਹ ਸਾਡਾ ਵਾਅਦਾ ਔਰ ਸਾਡਾ ਜੋ ਬਾਦਲ ਸਾਹਿਬ ਕਰ ਰਹੇ ਨੇ ਅਸੀਂ ਉਹਨਾਂ ਤੇ ਫੁੱਲ ਚੜਾਂਗੇ। ਮਹਾਰਾਜ ਚੜ੍ਹਦੀ ਕਲਾ ਕਰੇ ਪਾਰਟੀ ਦਾ ਉਹਦਾ ਕੋਈ ਨਹੀਂ ਐਡਾ ਵੱਡਾ ਇਕੱਠ ਦਾ ਸੇਵਾ ਕਰੇ ਪਾਰਟੀ ਤੋਂ ਤੁਸੀਂ ਕੀ ਮਿਲ ਸਕਦਾ? ਦੇਖੋ ਜੀ ਮੇਰੇ ਅਹੁਦੇ ਹੈ ਨੇ, ਇਹ ਮੇਰੇ ਅਹੁਦੇ ਨੇ, ਹੈ ਮੈਂ ਅਹੁਦਿਆਂ ਤੋਂ ਕੀ ਲੈਣਾ? ਮੇਰਾ ਪਿਓ, ਮੇਰਾ ਦਾਦਾ ਅਕਾਲੀ, ਮੇਰਾ ਪਿਓ ਅਕਾਲੀ, ਮੈਂ ਅਕਾਲੀ, ਮੇਰੇ ਆਉਣ ਵਾਲੇ ਬੱਚੇ ਅਕਾਲੀ, ਇਹ ਅਕਾਲੀ ਦਲ ਨੂੰ ਮੈਂ ਕਦੀ ਵੀ ਨਹੀਂ ਛੱਡ ਸਕਦਾ। ਮੈਂ ਅਹੁਦਿਆਂ ਨੂੰ ਅਹਿਮੀਅਤ ਨਹੀਂ ਦਿੰਦਾ, ਮੈਂ ਆਪਣੀ ਸ਼੍ਰੋਮਣੀ ਅਕਾਲੀ ਦਲ, ਆਪਣੀ ਖੇਤਰੀ ਪਾਰਟੀ ਜਿਹੜੀ ਉਹਨੂੰ ਮੈਂ ਚੁੱਕਣਾ ਚਾਹੁੰਦਾ। ਮੈਨੂੰ ਅਹੁਦੇ ਦੀ ਲੋੜ ਨਹੀਂ, ਮੈਨੂੰ ਮੇਰੇ ਅਹੁਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।